दूसरा यह उन्होंने सेफ्टी भी प्रोवाइड कर रहे हैं ड्रोनस तो या इधर उधर उन्होंने पहला इन्फॉर्म कर देंगे ने इस वक्त ज़्यादातर वो कहते हैं ड्रोन जो कर रहे हैं यूनिलैटरली कर रहे हैं बगैर इन्होंने दस्या ठीक है अच्छा और रिफ्ट तो इन्हों का शुरू तो चलता आ रहा है वो तो चलता रहेगा अगे भी जोड़ा इशू सी रेमंड डेविस वाला इस तो बाद इतने आके थोड़ा जहा हाईलाइट होया क्योंकि रेमंड डेविस बिल्कुल हट के एक उन्होंने ਜਿਹੜੀਆਂ ਸ਼ੈਵਾਂ ਨਾਲ ਉਹਦੇ ਕੋਲ ਨਿਕਲੀਆਂ ਨੇ ਠੀਕ ਹੈ ਉਹ ਜੀ ਪੀ ਐਸ ਸਿਸਟਮ ਸਾਰਾ ਉਹ ਸਾਰਾ ਨਕਸ਼ੇ ਸ਼ਬ ਵਗੈਰਾ ਸਾਰਾ ਕੁਝ ਉਹ ਇਹਨਾਂ ਨੇ ਖੈਰ ਆਪਣੇ ਇੱਕ ਉਹਨਾਂ ਦੇ ਨਾਲ ਕਰਕੇ ਫਿਰ ਡੀਲ ਕਰਕੇ ਉਹ ਛੱਡ ਦਿੱਤਾ ਉਹਨੂੰ ਜੋ ਵੀ ਹੋਇਆ ਖੈਰ ਲੇਕਿਨ ਉਹ ਰਿਫਟ ਜਿਹੜੀ ਉਹ ਬਰਕਰਾਰ ਹੈ ਉਹ ਅੱਗੇ ਵੀ ਰਹੇਗੀ ਡੀਲ ਕਿਸਨੇ ਕਰਕੇ ਛੱਡ ਦਿੱਤਾ ਆਪਸ ਵਿੱਚ ਸਾਰੇ ਇਨਵੋਲਵ ਨੇ ਤੁਹਾਡੀ ਗਵਰਨਮੈਂਟ ਇਨਵੋਲਵ ਤੁਹਾਡੀ ਗਵਰਨਮੈਂਟ ਤੇ ਇਨਵੋਲਵ ਹੈ ਲੇਕਿਨ ਗਵਰਨਮੈਂਟ ਤੋਂ ਮੁਰਾਦ ਕੀ ਹੈ ਆਈਐਸਆਈ ਨੇ ਉਹਨਾਂ ਨੂੰ ਇੱਕ ਗਵਰਨਮੈਂਟ ਤੋਂ ਮੁਰਾਦ ਮਿਲਟਰੀ ਸਟੈਬਲਿਸ਼ਮੈਂਟ ਵੀ ਹੈ ਸਾਰੇ ਜਿੰਨੇ ਵੀ ਉਹਨਾਂ ਦੇ ਬਗੈਰ ਤੇ ਹੋ ਹੀ ਨਹੀਂ ਸਕਦੀ ਇਹ ਚੀਜ਼ ਜਦੋਂ ਤੱਕ ਤੁਸੀਂ एक बंदा तो मतलब उदे ते चलो केस उन्हों दे दिता तो इस्लामी शरिया के नाते उन्हें छाड़ दिता चलो जी सब कुछ कानूनन हो गया ठीक है लेकिन कानून तो यह भी कहता है ना कि जो जी उदे कुल चीज़ा निकलिया ने उन्होंने आर्मी सर सर्विलेंस जोड़ा एस्पानेज जोड़ा एक्ट होंगे जोड़ा जासूसी का एक कानून है साढ़े मुल्क का ਉਹਦੇ ਤਹਿਤ ਉਹਦੇ ਤੇ ਉਹਦੇ ਕੇਸ ਚਲਾਉਂਦੇ ਬਸ ਉਹ ਡੀਲ ਹੋ ਗਈ ਨਾ ਆਪਸ ਵਿੱਚ ਦੋਨਾਂ ਦੇ ਅੱਛਾ ਇਸ ਦੇ ਬਾਅਦ ਕੀ ਹੁਣ ਤਾਲੁਕਾਤ ਨਾਰਮਲਾਈਜ਼ ਹੋ ਗਏ ਨੇ ਜਿਹੜੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਉਸਦੇ ਕੋਲੋਂ ਜਿਹੜੀ ਚੀਜ਼ਾਂ ਬਰਾਮਦ ਹੋਈਆਂ ਤੇ ਕਾਫੀ ਕੋਈ ਪ੍ਰੋਬਲਮ ਹਾਂਜੀ ਤਾਲੁਕਾਤ ਨਾਰਮਲਾਈਜ਼ ਹੋ ਗਏ ਨੇ ਉਹਨੇ ਇਸ ਤਰ੍ਹਾਂ ਨਾਰਮਲਾਈਜ਼ ਹੋ ਗਏ ਨੇ ਕਿ ਅਮਰੀਕਨ ਹੁਣ ਚੁੱਕਨੇ ਹੋ ਗਏ ਨੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਹੁਣ ਸਾਨੂੰ ਇਸ ਤਰ੍ਹਾਂ ਓਪਨਲੀ ਕੁਝ ਕਰਨ ਨਹੀਂ ਦੇਣਗੇ ਆਪਣੇ ਮੁਲਕ ਦੇ ਅੰਦਰ ਠੀਕ ਹੈ ਲੇਕਿਨ ਉਹ ਜਿਹੜੀ ਕੋਆਰਡੀਨੇਸ਼ਨ ਇਹਨਾਂ ਦੇ ਦਰਮਿਆਨ ਹੈ ਉਹ ਰਹੇਗੀ ਠੀਕ ਹੈ ਜਦੋਂ ਤੱਕ ਅਮਰੀਕਾ ਅਫਗਾਨਿਸਤਾਨ ਦੇ ਅੰਦਰ ਹੈ ਤੇ ਜਦੋਂ ਤੱਕ ਉਸ ਤੋਂ ਬਾਅਦ ਵੀ ਰਹੇਗੀ ਬਹੁਤ ਅਰਸੇ ਤੱਕ ਰਹੇਗੀ ਜਨਰਲ ਸਾਹਿਬ ਡੀਲ ਕਰਕੇ ਛੋੜ ਦਿੱਤਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਔਰ ਡੀਲ ਸੀਆਈਏ ਔਰ ਆਈਐਸਆਈ ਦੇ ਦਰਮਿਆਨ ਅਗਰ ਹੁੰਦੀ ਹੈ ਤੇ ਸੀਆਈਏ ਨੂੰ ਜਾਂ ਅਮਰੀਕਨਸ ਨੂੰ ਤੇ ਰੇਮਨ ਡੇਵਿਸ ਮਿਲ ਗਿਆ ਰਿਟਰਨ ਦੇ ਵਿੱਚ ਆਈਐਸਆਈ ਨੂੰ ਔਰ ਪਾਕਿਸਤਾਨ ਨੂੰ ਕੀ ਮਿਲਿਆ ਇਸ ਡੀਲ ਦੇ ਅੰਦਰ ਕਿਉਂਕਿ ਡੀਲ ਤੇ ਫਿਰ ਉਹ ਹੀ ਹੁੰਦੀ ਨਾ ਜੇ ਦੋਨੋਂ ਤਰਫ ਕੋਈ ਨਾ ਕੋਈ ਚੀਜ਼ ਮਿਲ ਰਹੀ ਹੈ ਨਹੀਂ ਡੀਲ ਸਿਰਫ ਆਈਐਸਆਈ ਤੇ ਸੀਆਈਏ ਤੇ ਨਹੀਂ ਸਨ ਨਾ ਜਿਸ ਤਰ੍ਹਾਂ ਇਹਨਾਂ ਨੇ ਵੀ ਕਿਹਾ ਖਟਕ ਸਾਹਿਬ ਨੇ ਵੀ ਪਹਿਲਾਂ ਕਿਹਾ ਕਿ ਡੀਲ ਹੀ ਸਾਰੇ ਸ਼ਾਮਿਲ ਸਨ ਠੀਕ ਹੈ ਹੁਣ ਗੱਲ ਇਹ ਹੈ ਕਿ ਤਾਲੁਕਾਤ ਕਿਸੇ ਵੀ ਦੋ ਏਜੰਸੀਸ ਇੰਟੈਲੀਜੈਂਸ ਏਜੰਸੀਸ ਪੂਰੀ ਦੁਨੀਆ 'ਚ ਉਹਨਾਂ ਦੇ ਹਮੇਸ਼ਾ ਉਹ ਕੀ ਕਹਿੰਦੇ ਉਹ ਬਹੁਤ ਅੱਛੇ ਨਹੀਂ ਰਹਿ ਸਕਦੇ ਅਪਸ ਐਂਡ ਡਾਊਨ ਆਉਂਦੇ ਰਹਿੰਦੇ ਨੇ ਈਵਨ ਮੋਸਾਦ ਹੈ ਨਾ ਜਿਹੜੀ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਹੈ ਅਤੇ ਸੀ ਆਈ ਏ ਇਹਨਾਂ ਦੇ ਵੀ ਆਪਸ 'ਚ ਚੱਕਰ ਚੱਲਦੇ ਰਹਿੰਦੇ ਨੇ ਇਹਨਾਂ ਦੇ ਵੀ ਡਿਫਰੈਂਸਿਸ ਹੁੰਦੇ ਨੇ ਇਹਨਾਂ ਨੇ ਕਿਹਾ ਕਿ ਜੀ ਤੁਸੀਂ ਕਿਹਾ ਸੀ ਸ਼ਾਇਦ ਕਿ ਉਹਨਾਂ ਨੂੰ ਸ਼ੱਕ ਇਹ ਹੈ ਕਿ ਆਈਐਸਆਈ ਡਬਲ ਗੇਮ ਖੇਡ ਰਹੀ ਹੈ ਆਈਐਸਆਈ ਡਬਲ ਗੇਮ ਨਹੀਂ ਖੇਡ ਰਹੀ ਤੁਸੀਂ ਦੇਖੋ ਜੀ ਆਪਣੇ ਸਾਰੇ ਕਾਰਡਸ ਤੇ ਮੇਜ਼ ਤੇ ਰੱਖ ਕੇ ਅਗਲੇ ਨੇ ਤੇ ਵਿਖਾ ਦੇ ਉਹਨਾਂ ਹੁਣ ਲੈਟਸ ਸੇ ਕਿ ਕੱਲ ਅਮਰੀਕਨਸ ਉਹ ਹੀ ਕਰਨ ਜਿਹੜਾ ਉਹਨਾਂ ਨੇ ਕੀਤਾ ਸੀ 1990 ਸੀ ਜਦੋਂ ਛੱਡ ਕੇ ਤੇ ਤੁਹਾਨੂੰ ਉਹ ਵਾਪਸ ਤੁਰ ਗਿਆ ਉੱਥੇ ਇਹ ਤਾਲਿਬਾਨ ਤਾਂ ਹੀ ਨਿਕਲੇ ਨੇ ਨਾ ਜੀ ਅਤੇ ਪਾਕਿਸਤਾਨ ਦੀ ਮੁਸੀਬਤ ਤਾਂ ਹੀ ਆਈ ਨਾ ਅਤੇ ਹੁਣ ਕਿ ਵੇਅਰ ਇਜ਼ ਦੀ ਗਾਰੰਟੀ ਕਿ ਅਮੈਰੀਕਾ ਤੁਹਾਨੂੰ ਛੱਡ ਕੇ ਅਫਗਾਨਿਸਤਾਨ ਤੋਂ ਸੇਫ ਐਗਜ਼ਿਟ ਲੈ ਕੇ ਜਿਸ ਦੀ ਵਜ੍ਹਾ ਤੋਂ ਉਹ ਤੁਹਾਡੇ 'ਤੇ ਡਿਪੈਂਡੈਂਟ ਹੈ ਤੁਹਾਡੇ 'ਤੇ ਡਿਪੈਂਡੈਂਟ ਇਸ ਵਾਸਤੇ ਹੈ ਕਿ ਤੁਹਾਡਾ ਇਨਫਲੂਐਂਸ ਹਾਲੇ ਤੱਕ ਤਾਲਿਬਾਨਸ 'ਤੇ ਹੈ ਸਾਰਿਆਂ 'ਤੇ ਨਹੀਂ ਅੱਧਿਆਂ 'ਤੇ ਵਨ ਥਰਡ 'ਤੇ ਹੈ ਹੁਣ ਤੁਸੀਂ ਆਪਣੇ ਕਾਰਡਸ ਰੱਖੋਗੇ ਹੁਣ ਅਗਰ ਸੀ ਆਈ ਏ ਇਹ ਕਹਿੰਦਾ ਕਿ ਆਈਐਸਆਈ ਡਬਲ ਗੇਮ ਖੇਡ ਰਹੀ ਹੈ ਗਲਤ ਹੈ ਸੀ ਆਈ ਏ ਵੀ ਉਸੇ ਤਰ੍ਹਾਂ ਡਬਲ ਗੇਮ ਖੇਡ ਰਿਹਾ ਇਹ ਜਿਹੜੇ ਡਰੋਨ ਅਟੈਕਸ ਹੁੰਦੇ ਨੇ ਇਹ ਤੁਹਾਨੂੰ ਰੀਅਲ ਟਾਈਮ ਇਨਫੋਰਮੇਸ਼ਨ ਦਿੰਦੇ ਨੇ ਤਾਂ ਹੀ ਡਰੋਨ ਅਟੈਕਸ ਡਰੋਨ ਉੱਥੇ ਫਿਰਦੇ ਰਹਿੰਦੇ ਨੇ ਜਦੋਂ ਥੱਲੋਂ ਇਨਫੋਰਮੇਸ਼ਨ ਮਿਲਦੀ ਹੈ ਨਾ ਕਿ ਇਹ ਜਗ੍ਹਾ ਤੇ ਇੱਥੇ ਬੈਠੇ ਚਿਪ ਦੇ ਥਰੂ ਆਰ ਵਟਐਵਰ ਸਿਸਟਮ ਜਦੋਂ ਉਹਨਾਂ ਨੂੰ ਉਹ ਇਤਲਾਹ ਮਿਲਦੀ ਹੈ ਤਾਂ ਉੱਥੇ ਜਾ ਕੇ ਫਾਇਰ ਕਰਦੇ ਨੇ ਐਂਡ ਦੇ ਆਰ ਜਨਰਲੀ ਐਕੂਰੇਟ ਪਹਿਲਾਂ ਇਹ ਹੁੰਦਾ ਸੀ ਕਿ ਆਈਐਸਆਈ ਤੇ ਸੀਆਈਏ ਆਪਸ ਵਿੱਚ ਉਹ ਸੀਆਈਏ ਦੱਸਦੇ ਸਨ ਠੀਕ ਹੈ ਇਹਨਾਂ ਦੀ ਇਹ ਕੋਲਾਬੋਰੇਸ਼ਨ ਸੀ ਇਹ ਲੇਟਲੀ ਉਹਨਾਂ ਨੇ ਕੋਈ ਚੰਦ ਇੱਕ ਵਾਕਿਆਤ ਹੋਏ ਨੇ ਜਿੱਥੇ ਉਹਨਾਂ ਨੇ ਨਹੀਂ ਦੱਸਿਆ ਇਹ ਜਿਹੜਾ ਹੋਇਆ ਸੀ ਕੱਲ੍ਹ ਪਰਸੋਂ ਇਹ ਉਹਨਾਂ ਨੇ ਨਹੀਂ ਦੱਸਿਆ ਸੋ ਇਹ ਕਹਿਣਾ ਕਿ ਉਹਨਾਂ ਦੇ ਤਾਲੁਕਾਤ ਨਾਰਮਲਾਈਜ਼ ਹੋ ਗਏ ਨੇ ਇਹ ਤਾਂ ਕਦੀ ਹੋ ਹੀ ਨਹੀਂ ਸਕਦੇ ਠੀਕ ਹੈ ਜੀ ਠੀਕ ਅੱਛਾ ਰਿਟਰਨ ਦੇ ਵਿੱਚ ਮੈਂ ਪੁੱਛਿਆ ਸੀ ਕਿ ਡੇਵਿਸ ਦੇ ਰਿਟਰਨ ਦੇ ਵਿੱਚ ਕੀ ਲਿਆ ਪਾਕਿਸਤਾਨ ਨੇ ਜਿਹੜੀ ਵੀ ਫੋਰਸਿਸ ਨੇ ਉਸ ਦੀ ਰਿਹਾਈ ਦੇ ਅੰਦਰ ਕੀ ਮਿਲਿਆ ਕੀ ਸਾਨੂੰ ਅਸੀਂ ਕੀ ਗੇਨ ਕੀਤਾ ਕੌਣ ਸੀ ਐਸੀ ਡਿਮਾਂਡਸ ਨੇ ਕਿ ਜਿਹੜੀ ਅਸੀਂ ਅਮਰੀਕਾ ਤੋਂ ਮੰਨਵਾ ਲਈਆਂ ਡਰੋਨਸ ਤੇ ਹੋ ਰਹੇ ਨੇ ਆਫੀਆ ਵੀ ਨਹੀਂ ਵਾਪਸ ਆਈ ਸ਼ੁਮਾਲੀ ਵਜ਼ੀਰਿਸਤਾਨ ਦੇ ਅੰਦਰ ਆਪਰੇਸ਼ਨ ਦੀ ਕਿਆ ਡਿਮਾਂਡ ਉਹਨਾਂ ਨੇ ਵਿਦਡਰਾਅ ਕਰ ਲਈ ਹੋਏਗੀ ਕਿਆ ਸਮਝਦੇ ਤੁਸੀਂ ਕੌਣ ਸੀ ਚੀਜ਼ਾਂ ਐਸੀਆਂ ਨੇ ਕਿ ਜਿਹੜੀ ਅਸੀਂ ਮੰਨਵਾ ਲਈਆਂ ਨੇ ਉਹਨਾਂ ਕੋਲ ਕੋਈ ਮੰਨਵਾਈਆਂ ਨਹੀਂ ਨਾ ਕਿ ਜਸਟ ਇੱਕ ਗੁੱਡਵਿਲ ਜੈਸਚਰ ਦਿੱਤਾ ਗਿਆ ਹੈ ਦੀ ਆਈਡੀਆ ਵਾਸ ਨਾਟ ਕਿ ਤੁਸੀਂ ਮੰਨਵਾ ਲਵੋ ਪਹਿਲਾ ਤਾਂ ਇਹ ਹੈ ਕਿ ਤੁਸੀਂ ਉਹਨਾਂ ਨੂੰ ਇਹ ਦੱਸਿਆ ਕਿ ਜੀ ਪਾਕਿਸਤਾਨ ਨੂੰ ਬਿਲਕੁਲ ਇਹ ਪੁਸ਼ ਓਵਰ ਨਹੀਂ ਹੈਗਾ ਕਿ ਜੀ
ਚਲੋ ਜਿਹੜਾ ਅਸੀਂ ਕਹਿੰਦੇ ਹਾਂ ਤੁਸੀਂ ਉਹੀ ਕਰੋਗੇ ਠੀਕ ਇਹ ਤੁਹਾਨੂੰ ਯਾਦ ਹੋਏਗਾ ਜਦੋਂ ਤੋਰਖਮ ਵਾਲਾ ਰਸਤਾ ਪਾਕਿਸਤਾਨ ਨੇ ਬੰਦ ਕੀਤਾ ਸੀ ਪੰਜ ਦਿਨ ਬੰਦ ਨੈਟੋ ਦਾ ਜੀ ਨੈਟੋ ਦਾ ਉਹ ਨੈਟੋ ਅਮੈਰੀਕਾ ਇੱਕੋ ਹੀ ਨੇ ਜੀ ਅਤੇ ਉਹਨਾਂ ਨੂੰ ਬੜੀ ਤਕਲੀਫ ਹੋਈ ਸੀ ਬਹੁਤ ਜ਼ਿਆਦਾ ਤਕਲੀਫ ਹੋਈ ਸੀ ਐਂਡ ਇਵੈਂਚੁਅਲੀ ਦੇ ਗੇਮ ਇਨ ਪਾਕਿਸਤਾਨ ਜਿੱਥੇ ਸਟੈਂਡ ਲੈਣਾ ਹੁੰਦਾ ਉੱਥੇ ਸਟੈਂਡ ਲੈ ਰਿਹਾ ਰੇਮਨ ਡੇਵਿਸ ਵੀ ਓਬਾਮਾ ਕਹਿੰਦਾ ਹੁਣ ਕਿਸੇ ਹੋਰ ਮੁਲਕ ਨੂੰ ਅਗਰ ਓਬਾਮਾ ਇਸ ਤਰ੍ਹਾਂ ਕਹਿੰਦਾ ਤਾਂ ਉਹ ਸ਼ਾਇਦ ਉਸੇ ਲਈ ਡਰ ਕੇ ਉਹਦੇ ਹਵਾਲੇ ਕਰ ਦਿੰਦੇ ਪਾਕਿਸਤਾਨ ਇਜ਼ ਨੋਟ ਅ ਬਨਾਨਾ ਰਿਪਬਲਿਕ ਠੀਕ ਹੈ ਜੀ ਇਹਦੀ ਸੋਵਰੇਨਟੀ ਹੈ ਅਸੀਂ ਕਹਿੰਦੇ ਸੋਵਰੇਨਟੀ ਜਨਰਲ ਸਾਹਿਬ 12 ਅਮਰੀਕੀ ਆਉਂਦੇ ਨੇ ਚਾਰਟਰ ਤਿਆਰਾ ਆਉਂਦਾ ਹੈ ਔਰ ਆਕਰ ਉਹ ਚਲੇ ਜਾਂਦੇ ਨੇ ਔਰ ਸੋਵਰੇਨਟੀ ਦੀ ਤੁਸੀਂ ਗੱਲ ਕਰ ਰਹੇ ਹੋ ਕੌਣ ਸੀ ਸੋਵਰੇਨਟੀ ਲੈ ਜਾਂਦੀ ਹੈ ਫਿਰ ਤੁਹਾਡੀ ਮਰਜ਼ੀ ਦੇਖੋ ਜੀ ਸੋਵਰੇਨਟੀ ਤੁਸੀਂ ਕਿਹੜੇ ਐਂਗਲ ਨਾਲ ਵੇਖਦੇ ਹੋ ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਜੀ ਤੁਸੀਂ ਆ ਕੇ ਪਾਕਿਸਤਾਨ ਦੇ ਅੰਦਰ ਡਰੋਨ ਅਟੈਕਸ ਕਰ ਸਕਦੇ ਹੋ ਤੇ ਤੁਹਾਨੂੰ ਸੋਵਰੇਨਟੀ ਉਸ ਲਈ ਯਾਦ ਨਹੀਂ ਆਉਂਦੀ ਤੇ ਉਹੀ ਮੈਂ ਕਹਿ ਰਹੀ ਨਾ ਇਸ ਦਾ ਮਤਲਬ ਹੈ ਕਿ ਅਸੀਂ ਖੁਦ ਆਪਣੀ ਸੋਵਰੇਨਟੀ ਨੂੰ ਦਾਅ ਤੇ ਲਾਏ ਹੋਏ ਹਾਂ ਬਿਕਾਜ਼ ਤੁਸੀਂ ਡਿਪੈਂਡੈਂਟ ਹੋ ਤੁਸੀਂ ਉਹਦੇ ਬਾਅਦ ਪਾਕਿਸਤਾਨ ਖੁਦਾ ਨਾ ਖਾਸਤਾ ਡਿਸਇੰਟੈਗਰੇਟ ਹੋ ਜਾਏਗਾ ਮੈਂ ਪਹਿਲੇ ਕਹਿਣ ਲੱਗਾ ਸਾ ਕਿ ਇਟ ਇਜ਼ ਨੋਟ ਜਸਟ ਦੀ ਅਮੈਰੀਕਨ ਏਡ ਅਮੈਰੀਕਾ ਇਨਫਲੂਐਂਸ ਕਰਦਾ IMF ਦੀ ਪਾਲਿਸੀਜ਼ ਬਿਲਕੁਲ ਅਮੈਰੀਕਾ ਇਨਫਲੂਐਂਸ ਕਰਦਾ ਵਰਲਡ ਬੈਂਕ ਦੀ ਪਾਲਿਸੀਜ਼ ਅਮੈਰੀਕਾ ਇਨਫਲੂਐਂਸ ਕਰਦਾ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਪਾਲਿਸੀਜ਼ ਅਮੈਰੀਕਾ ਇਨਫਲੂਐਂਸ ਕਰਦਾ ਸਾਊਦੀਜ਼ ਨੂੰ ਇਹ ਤੁਹਾਡੇ ਜਿਹੜੇ ਡੋਨਰਸ ਕੰਟਰੀਜ਼ ਬਿਲਕੁਲ ਸਹੀ ਕਹਿ ਰਹੇ ਹੋ ਸੈਨੇਟਰ ਸਾਹਿਬਾ ਫਿਰ ਅਗਰ ਜਿਹੜੀ ਸੂਰਤ ਹਾਲ ਹੈ ਬੜੀ ਗੰਭੀਰ ਸੂਰਤ ਹਾਲ ਹੈ ਇਕੋਨਮੀ ਦੀ ਵੀ ਔਰ ਜਿਸ ਤਰ੍ਹਾਂ ਅਸੀਂ ਡਿਪੈਂਡੈਂਟ ਹੋ ਕੇ ਬੈਠੇ ਹਾਂ ਔਰ ਜੋ ਕੁਝ ਸਾਡੇ ਨਾਲ ਹੋ ਰਿਹਾ ਉਹ ਅਸੀਂ ਬਿਲਕੁਲ ਹੀ ਬਰਦਾਸ਼ਤ ਕੀਤੇ ਜਾ ਰਹੇ ਹਾਂ ਔਰ ਲੇਟੇ ਜਾ ਰਹੇ ਅਮਰੀਕਾ ਦੇ ਸਾਹਮਣੇ ਇਹ ਤਾਂ ਫਿਰ ਕਿੰਨਾ ਅਰਸਾ ਲੱਗੇਗਾ ਕਿ ਸਾਨੂੰ ਬਿਲਕੁਲ ਇਹ ਲੇਟਣਾ ਹੀ ਪਏਗਾ ਕਿ ਅਸੀਂ ਕਦੀ ਆਪਣੇ ਪੈਰਾਂ 'ਤੇ ਖੜੇ ਹੋ ਕੇ ਅਮਰੀਕਾ ਜੈਸੇ ਮੁਲਕ ਨੂੰ ਜਵਾਬ ਦੇ ਸਕਾਂਗੇ ਜਾਂ ਨਹੀਂ ਦੇ ਸਕਾਂਗੇ دیکھیے مستقبل کے لیے ہم ہوپ کر سکتے ہیں اور کوشش کر سکتے ہیں اور کوشش پوری ملک کو مل کے سیاسی پارٹیاں ہیں یا دوسرے ادارے ہیں ان کو مل کے یہ کرنا ہوگا کہ ملک کی پیداوار بڑھے ملک میں روزگار کے مواقع ہوں مگر وہ سب چیزیں جو ہے وہ امن عامہ سے ریلیٹڈ ہیں آپ کی ٹھیک ہے کرپشن کہتے ہیں لوگ یہ ہے پیاں ہے بہت سی چیزیں ہوں گی مگر سب سے بڑا فیکٹر تو دہشت گردی یا امن عامہ کی صورتحال کی خرابی کا ہے اگر وہ دہشت گردی اور امن عامہ بھی تدو خراب ہوندا ہے نا کہ جدوں ملک دے اندر کوئی چیز نہیں ہوندی لوگ بے روزگار ہو رہے ہوندے نے لوگ کیا کرن گے پھر آپشن نہیں ہوں گے لوگ دہشت گردی دی طرف جائیں گے نا پیدا ہوئی وہ آپ کے جو افغان پالیسی رہی اس کی وجہ سے پیدا ہوئی ہے یہ بات کی بات ہے کہ آپ زیادہ ہٹ ہوئے اکنامک کرنچ سے کیونکہ آپ کے ہاں دہشت گردی بھی اس کے ساتھ تھی باقی لوگ جہاں پہ دہشت گردی نہیں تھی جیسے مڈل ایسٹ وغیرہ وہ اس طرح سے ہٹتے ہوئے اگر افغانستان میں امن نہیں ہوگا تو پاکستان کی معاشی صورتحال کبھی بھی ڈیزائربل حد تک نہیں ہو سکتی بہتر ضرور ہو سکتی ہے پچھلے دنوں ہم نے سنا کہ دو چار روز یہ بات پہلے یہ بات آئی کہ بھائی 49 پیسہ ڈالر کے مقابلے میں روپے کی قدر بہتر ہوئی مگر یہ شفٹ ہوتے رہیں گے جب تک آپ کے ہاں اندرونی صورتحال بھی اس سے ریلیٹڈ ہے افغانستان سے امریکہ نکلتا ہے اس کے بعد وہاں کوئی نارمل اور ایسی حکومت بنتی ہے کہ ایک دو سوورن سٹیٹس جیسے ہمارے ان کے ساتھ تعلقات ہو دوسری طرف بھی ہمارے تعلقات اب نارمل ہیں انڈیا کی طرف بھی واٹر ایشو ہے کشمیر ایشو ہے بے شمار ایشوز ہے اس طرح بھی ہو تو پھر ہمارے ایک نارمل حالات تو کسی صورت بھی نہیں دو تین چیزیں بڑی انٹرسٹنگ ہیں ایک یہ کہ افغانستان میں اتنی دہشت گردی نہیں ہو رہی جتنی پاکستان میں بالکل ٹھیک دوسری افغان طالبان فائٹ کر رہے ہیں آکوپیشن فورسز کے اگینسٹ کوئی ایک کاز ہے جس واسطے فائٹ کر رہے ہیں جس واسطے فائٹ کر رہے ہیں ٹھیک ہے جی تیسرا ایک چیز جس پہ کچھ لوگوں نے اعتراض کیا زیادہ تر پیپل کیپٹ کوائٹ شہباز شریف صاحب کا ایک سجیشن